ਮੋਰਚੇ ਚ ਡਟੇ ਹੋਏ ਜਿਹੜਾਰੂ ਭੈਣੋ ਤੇ ਭਰਾਵੋ ਮੋਦੀ ਹਕੂਮਤ ਦੀਆਂ ਨੀਤੀਆਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਢਾਈ ਮਹੀਨਿਆਂ ਦੇ ਹੱਦ ਭੱਗ ਹੋ ਗਏ ਨੇ ਆਪਾਂ ਨੂੰ ਇੱਥੇ ਮੋਰਚੇ ਦੇ ਵਿੱਚ ਡਟੇ ਹੋਇਆਂ ਨੂੰ ਬਹੁਤ ਸਾਰੇ ਪੜਾਅ ਦੇ ਵਿੱਚ ਤੁਸੀਂ ਸਰ ਕੀਤੇ ਹੈ ਚਾਹੇ ਉਹ ਠੰਡ ਹੈ ਮੀਂਹ ਹੈ ਤੇ ਹੁਣ ਮੁੜ ਗਰਮੀ ਦੀ ਸ਼ੁਰੂਆਤ ਹੋ ਰਹੀ ਹੈ ਇਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਆਪਾਂ ਸਰ ਕਰਨਾ ਹੈਗਾ ਤੇ ਇਸੇ ਤਰ੍ਹਾਂ ਹੀ ਜਿਹੜੀ ਹੁਣ ਚੇਤਨਾ ਦੇ ਨਾਲ ਜਿਹੜੀ ਸਮਝ ਦੇ ਨਾਲ ਜਥੇਬੰਦ ਹੋ ਕੇ ਇਸ ਮੋਦੀ ਹਕੂਮਤ ਨੂੰ ਇਹਦੇ ਜਿਹੜੇ ਕਾਰਪੋਰੇਟ ਕਰਾਣੇ ਆ ਤੇ ਇਹਦੇ ਸਾਮਰਾਜ ਪੱਖੀ ਜਿਹੜੀਆਂ ਉਹ ਕੰਪਨੀਆਂ ਨੇ ਉਹ ਨੀਤੀਆਂ ਨੇ ਜਿਨ੍ਹਾਂ ਨੇ ਇੱਥੇ ਲਿਆ ਕੇ ਲਾਗੂ ਕਰਦਾ ਤੇ ਬਚਨ ਵਕਤਾ ਕਰਦਾ ਕਿ ਅਸੀਂ ਉਹ ਜਿਹੜੇ ਖੇਤੀ ਕਾਨੂੰਨ ਹੈ ਉਹ ਹਰ ਹਾਲਤ ਦੇ ਵਿੱਚ ਲਾਗੂ ਕਰਨੇ ਹੈ ਕਿਉਂਕਿ ਅਸੀਂ ਉਹਨਾਂ ਸਾਮਰਾਜੀ ਕੰਪਨੀਆਂ ਦੇ ਨਾਲ ਵਾਅਦੇ ਕੀਤੇ ਹੋਏ ਹੈ ਉਹ ਵਾਅਦੇ ਪੂਰੇ ਕਰਨੇ ਨੇ ਅੱਜ ਜਿਹੜਾ ਇੱਥੋਂ ਦਾ ਅਰਥ ਸ਼ਾਸਤਰੀ ਹੈ ਉਹਦਾ ਬਿਆਨ ਲੱਗਿਆ ਕਿ ਅਸੀਂ ਬਚਨਵਾਦਾਂ ਇਹ ਖੇਤੀ ਕਾਨੂੰਨ ਲਾਗੂ ਕਰਨ ਦੇ ਲਈ ਇਹ ਹਰ ਹਾਲਤ ਲਾਗੂ ਕਰਨੇ ਨੇ ਇਸ ਕਰਕੇ ਤੇ ਦੂਸਰੇ ਪਾਸੇ ਲੋਕ ਸਭਾ ਦੇ ਵਿੱਚ ਮੋਦੀ ਦੇ ਵੱਲੋਂ ਭਾਸ਼ਣ ਦਿੱਤਾ ਜਾਂਦਾ ਹੈ ਕਹਿੰਦਾ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਪਵਿੱਤਰ ਹੈ ਪਰ ਇਹਦੇ ਵਿੱਚ ਜਿਹੜੇ ਬੜੇ ਹੋਏ ਅੰਦੋਲਨ ਜੀਵੀ ਹੈ ਉਹਨਾਂ ਦਾ ਕਾਰਨ ਪਵਿੱਤਰ ਹੋ ਗਿਆ ਇਸ ਕਰਕੇ ਕਿ ਜਿਹੜੇ ਉਹ ਅੰਦੋਲਨ ਜੀਵੀ ਹੈ ਤੇ ਅੰਦੋਲਨਕਾਰੀਆਂ ਦੇ ਵਿੱਚ ਫਰਕ ਕਰਨਾ ਅਸੀਂ ਕਿ ਅੰਦੋਲਨਕਾਰੀ ਕਿਹੜੇ ਨੇ ਤੇ ਅੰਦੋਲਨ ਜੀਵੀ ਕਿਹੜੇ ਨੇ ਉਹਨਾਂ ਅੰਦੋਲਨ ਜੀਵੀਆਂ ਦੇ ਉੱਤੇ ਜੂਏ ਪੀਏ ਲਾ ਕੇ ਹੋਰ ਧਰਾਵਾਂ ਲਾ ਕੇ ਜੇਲ੍ਹਾਂ 'ਚ ਸਿੱਟਣੇ ਨੇ ਜਬਰ ਕਰਨਾ ਇਸ ਨੀਤੀ ਦੇ ਨਾਲ ਬੋਲਦਾ ਹੈ ਤੇ ਨਾਲ ਹੀ ਉਹ ਇਹ ਬੋਲਦਾ ਹੈ ਕਿ ਜਿਹੜੇ ਜਮਹੂਰੀ ਹੱਕਾਂ ਦੇ ਕਾਰਕੁਨ ਗ੍ਰਿਫਤਾਰ ਕੀਤੇ ਹੋਏ ਹੈ ਜਿਹੜੇ ਲੋਕਾਂ ਦੇ ਹੱਕ ਲਈ ਵਾਰ ਚੁੰਦੇ ਹੈ ਜਾਂ ਜੰਗਲ ਜ਼ਮੀਨ ਦਾ ਬਚਾਉਣ ਦਾ ਲੋਕਾਂ ਨੂੰ ਸੱਦਾ ਦਿੰਦੇ ਹੈ ਲੜ ਰਹੇ ਲੋਕਾਂ ਦੀ ਅਗਵਾਈ ਕਰਦੇ ਹੈ ਸੁਦਾ ਭਾਰਤ ਵਾਰ ਵਰਗੀਆਂ ਜਿਹੜੀਆਂ ਆਦਿਵਾਸੀ ਜੰਗਲਾਂ ਦੇ ਵਿੱਚ ਗਰੀਬ ਲੋਕ ਲੜ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਖੜਦੀਆਂ ਨੇ ਜਿਹੜੇ ਬਾਬਰਾ ਨਾਂ ਵਰਗੇ ਨੌ ਲੱਖੇ ਵਰਗੇ ਤੇ ਆਨੰਦ ਤੇ ਕੁੰਬੜੇ ਵਰਗੇ ਜਿਹੜੇ ਹੋਰ ਬੁੱਧੀਜੀਵੀ ਵਿਦਿਆਰਥੀ ਇਸ ਖਿਲਾਫ਼ ਬੋਲੇ ਮੋਦੀ ਹਕੂਮਤ ਦੇ ਕਹਿੰਦਾ ਜਿਹੜੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹੈ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੈ ਇਸ ਕਰਕੇ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ ਇਹ ਅੰਦੋਲਨ ਹੁਣ ਅਪਿੱਤਰ ਹੋ ਗਿਆ ਹੈਗਾ ਕਿ ਇਸ ਕਰਕੇ ਕਿ ਇਹ ਜਿਹੜੀ ਅੰਦੋਲਨ ਨੂੰ ਗਲਤ ਰੰਗ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੀ ਅਸੀਂ ਪਛਾਣ ਕਰਨੀ ਹੈ ਆ ਬੋਲਦਾ ਹੈ ਤੇ ਦੂਸਰੇ ਪਾਸੇ ਪੂਰੇ ਆਪਦੇ ਭਾਸ਼ਣ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਗੁਣਗਾਨ ਗਾਉਂਦਾ ਤੇ ਅਗਲੀ ਗੱਲ ਕਰਦਾ ਕਿ ਇੱਕ ਫੋਨ ਕਾਲ ਦੀ ਦੂਰੀ ਹੈ ਅਸੀਂ ਤਾਂ ਸੌਦਾ ਵੀ ਕਰਨ ਨੂੰ ਤਿਆਰ ਹਾਂ ਅਸੀਂ ਇਹਨਾਂ ਨੂੰ 3 ਸਾਲਾਂ 1.5 ਸਾਲ ਤੱਕ ਜਿਹੜਾ ਤੋਮਰ ਨੇ ਕਿਹਾ ਉਸ ਤੇ ਵੀ ਵਿਚਾਰ ਹੈ ਪਰ ਕਿਸਾਨ ਅੜੇ ਹੋਏ ਨੇ ਅੜੀਆਂ ਵਰਤਾਰ ਹੈ ਭੈਣਾਂ ਤੇ ਭਰਾਵੋ ਤੁਸੀਂ ਦੇਖਿਆ ਸਾਰਿਆਂ ਨੇ ਆਗੂਆਂ ਨੇ ਦੱਸਿਆ ਜਿੰਨਾ ਵੀ ਇਹਦੇ ਤੇ ਲਿਖਿਆ ਤੇ ਬੋਲਿਆ ਗਿਆ ਉਹਦੇ ਬਾਰੇ ਦੱਸਿਆ ਗਿਆ ਕਿ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਕਾਨੂੰਨਾਂ ਨੇ ਸਾਡਾ ਬਣਾ ਕੀ ਦੇਣਾ ਇਹ ਕਾਨੂੰਨਾਂ ਨੇ ਤਬਾਹੀ ਕਰਨੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਡੇ ਸੂਬੇ ਦੇ ਆਗੂ ਜਸਵਿੰਦਰ ਸੋਮਾ ਜੀ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਉੱਤਰਾਖੰਡ ਦੇ ਵਿੱਚ ਜਿਹੜੇ ਉੱਥੇ ਤਬਾਹੀ ਹੋ ਰਹੀ ਹੈ ਉੱਥੇ ਬਰਫ਼ ਦੇ ਵੱਡੇ ਟੋਡੇ ਡਿੱਗ ਰਹੇ ਨੇ ਗਲੇਸ਼ੀਅਰ ਪਿਘਲ ਰਹੇ ਨੇ ਤੇ ਡਿੱਗ ਕੇ ਨਦੀ ਦੇ ਵਿੱਚ ਉੱਥੇ ਵੱਡੀ ਪੱਧਰ ਤੇ ਪਾਣੀ ਨੇ ਕਿਵੇਂ ਉੱਥੋਂ ਦੇ ਲੋਕਾਂ ਦਾ ਜਾਰਾ ਕੀਤਾ ਹੈਗਾ ਉਹ ਜਿਹੜੀ ਤਬਾਹੀ ਹੈ ਉਹ ਕਿਸਾਨ ਜਾਂ ਮਜ਼ਦੂਰ ਨਹੀਂ ਕਰ ਰਹੇ ਉਹ ਤਬਾਹੀ ਜਿਹੜੀਆਂ ਸਾਮਰਾਜੀ
ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਜਿਹੜਾ ਵਾਤਾਵਰਨ ਨਾਲ ਸੰਬੰਧਿਤ ਕਾਨੂੰਨ ਲੈ ਕੇ ਆਏ ਮੋਦੀ, ਜਿਹਦੇ ਵਿੱਚ ਕਿਸਾਨਾਂ ਨੂੰ ਪਰਾਲੀ ਦੇ ਨਾਂ ਤੇ 1 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਸਜ਼ਾ, ਉਸ ਕਾਨੂੰਨ ਦੇ ਵਿੱਚ ਵੀ ਸਾਡੇ ਲੋਕਾਂ ਤੇ ਸ਼ਿਕੰਜਾ ਕੱਸਿਆ ਤੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਸਾਮਰਾਜੀ ਕੰਪਨੀਆਂ ਨੇ ਉਹਨਾਂ ਨੂੰ ਖੁੱਲੀਆਂ ਛੁੱਟਾਂ ਦਿੱਤੀਆਂ ਨੇ। ਜੇ ਉਹਨਾਂ ਨੇ ਪ੍ਰੋਜੈਕਟ ਲਾਉਣਾ ਹੈ ਤਾਂ ਉਹਨਾਂ ਨੇ ਵਾਤਾਵਰਨ ਸਾਫ ਕਰਨ ਦੇ ਵਾਸਤੇ ਦਰਖਤ ਵੀ ਲਾਉਣੇ ਹੁੰਦੇ ਆ ਕਿ ਉਹ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਹਨੂੰ ਸਾਫ ਹੋ ਕੇ ਹਵਾ ਸਾਫ ਰਵੇ, ਲੋਕਾਂ ਨੂੰ ਉਹਦਾ ਕੋਈ ਨੁਕਸਾਨ ਨਾ ਹੋਵੇ। ਆ ਮੇਰੇ ਤੋਂ ਪਹਿਲਾਂ ਸਤਪਾਲ ਬੋਲ ਰਿਹਾ ਸੀ ਕਿ ਬਿਮਾਰੀਆਂ ਕਿ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ, ਸਾਨੂੰ ਦਿਲ ਫੇਲ ਹੋਣ ਵਰਗੀਆਂ ਬਿਮਾਰੀਆਂ, ਹੋਰ ਕਿੰਨੀਆਂ ਬਿਮਾਰੀਆਂ ਦਿੱਤੀਆਂ ਜਦੋਂ ਹਰੇ ਇਨਕਲਾਬ ਦੇ ਨਾਂ ਤੇ ਸਾਡੇ ਖੇਤਾਂ ਦੇ ਵਿੱਚ ਰੇਹਾਂ ਆਈਆਂ ਸਪਰੇਹਾਂ ਆਈਆਂ, ਬੀਟੀ ਕੋਟਨ ਦੇ ਜਾਂ ਬੀਟੀ ਬੀਜ ਆਏ ਨੇ, ਉਹਨਾਂ ਨੇ ਸਾਡੇ ਲੋਕਾਂ ਨੂੰ ਦਿੱਤਾ ਕੀ ਹੈ? ਇੱਕ ਪਾਸੇ ਮਹਿੰਗੀ ਮਸ਼ੀਨਰੀ, ਮਹਿੰਗੇ ਬੀਜ ਤੇ ਉਹਦੇ ਨਾਲ ਕਰਜ਼ੇ ਚੜੇ, ਜ਼ਮੀਨਾਂ ਖੁੱਸੀਆਂ, ਖੁਦਕਸ਼ੀਆਂ ਹੋਈਆਂ ਤੇ ਦੂਸਰੇ ਪਾਸੇ ਸਾਡੇ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਜਿਨ੍ਹਾਂ ਬਾਰੇ ਸਾਡੇ ਲੋਕ ਨਹੀਂ ਸੀ ਜਾਣਦੇ। ਜਾਂਦੇ ਬੱਚੇ ਨੂੰ ਬਿਮਾਰੀ ਹੈ, ਪਸ਼ੂ ਡੰਗਰਾਂ ਨੂੰ ਬਿਮਾਰੀ ਹੈ, 20-25 ਸਾਲ ਦੀ ਉਮਰ ਦੇ ਵਿੱਚ ਨੌਜਵਾਨਾਂ ਦਾ ਅਟੈਕ ਨਾਲ ਮੌਤ ਹੋ ਰਹੀ ਹੈ, ਬੱਚੇ ਦੀ ਅਟੈਕ ਨਾਲ ਮੌਤ ਹੋ ਰਹੀ ਹੈ, ਕੈਂਸਰ ਨੇ, ਗੋਡੇ ਨਹੀਂ ਚੱਲਦੇ, ਗਿੱਟੇ ਨਹੀਂ ਚੱਲਦੇ। ਉਹ ਤੁਸੀਂ ਸਾਰੇ ਉਹਨਾਂ ਹਾਕਮਾਂ ਨੇ ਦਵਾਈਆਂ ਤੇ ਲਾਏ ਹੋਏ ਹੈ ਤੇ ਹੁਣ ਆ ਜਿਹੜੀ ਤਬਾਹੀ ਜਿਹੜੀ ਅਸੀਂ ਆ ਸਾਰੇ ਲੋਕ ਝੱਲ ਰਹੇ ਹਾਂ, ਜ਼ਿਆਦਾ ਗਰਮੀ ਪੈਣੀ, ਮੌਸਮ ਦੇ ਵਿੱਚ ਤਬਦੀਲੀਆਂ ਹੋਣੀਆਂ, ਇਹ ਕਿਸੇ ਆਮ ਕਿਸਾਨ ਜਾਂ ਮਜ਼ਦੂਰ ਦੇ ਕਾਰਨ ਨਹੀਂ ਹੈਗੀ, ਇਹ ਜਿਹੜੀਆਂ ਤਬਦੀਲੀਆਂ ਨੇ ਵੱਡੀ ਛੇੜਛਾੜ ਹੈ ਕੁਦਰਤੀ ਸੋਮਿਆਂ ਦੇ ਨਾਲ, ਭਰਾਵੋ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਤੇ ਸਾਮਰਾਜੀ ਕੰਪਨੀਆਂ ਦੇ ਵੱਲੋਂ ਹੈ। ਉਹਨਾਂ ਨੂੰ ਇਹ ਹੱਕ ਦਿੱਤੇ ਹੋਏ ਹੈ, ਉਹਨਾਂ ਨੂੰ ਇਹ ਅਧਿਕਾਰ ਦਿੱਤੇ ਹੋਏ ਹੈ ਤੇ ਹੋਰ ਵੱਧ ਅਧਿਕਾਰ ਦਿੱਤੇ ਜਾ ਰਹੇ ਹੈ। ਇਸ ਕਰਕੇ ਜਿੱਥੇ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਲੜ ਰਹੇ ਹਾਂ ਤੇ ਲੜਨ ਵਾਲੇ ਲੋਕਾਂ ਦਾ ਸਰੋਕਾਰ ਜੁੜਦਾ ਇਹਨਾਂ ਗੱਲਾਂ ਦੇ ਨਾਲ, ਇਹਨਾਂ ਜਿਹੜੇ ਆ ਵਾਤਾਵਰਨ ਨਾਲ ਸੰਬੰਧਿਤ ਕਾਨੂੰਨ ਬਣਾਏ ਹੈ ਜਿੱਥੇ ਉਹਨਾਂ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ ਦਿੱਤੀ ਹੈ, ਉਹਦਾ ਮੁੱਦਾ ਵੀ ਇਸ ਅੰਦੋਲਨ ਦੇ ਨਾਲ ਜੁੜਦਾ ਹੈ। ਸਾਡੇ ਆਉਣ ਵਾਲੇ ਬੱਚਿਆਂ ਦਾ ਸਾਡੇ ਲਈ ਇਹ ਲੜਾਈ ਲੜਨੀ ਪੈਣੀ ਹੈ। ਇਸੇ ਤਰ੍ਹਾਂ ਜਿਵੇਂ ਅੱਜ ਅਸੀਂ ਖੇਤੀ ਕਾਨੂੰਨਾਂ ਦੇ ਲਈ ਲੜ ਰਹੇ ਹਾਂ, ਆਪਦੀ ਹੋਂਦ ਬਚਾਉਣ ਦੇ ਲਈ ਲੜ ਰਹੇ ਹਾਂ, ਆਪਦੀਆਂ ਫਸਲਾਂ ਦੇ ਭਾਅ ਲੈਣ ਦੇ ਲਈ, ਉਹਨਾਂ ਨੂੰ ਬਚਾਉਣ ਦੇ ਲਈ ਲੜ ਰਹੇ ਹਾਂ। ਤੇ ਇਦੋਂ ਅਗਲੀ ਗੱਲ ਜੋ ਪੰਜਾਬ ਦੇ ਵਿੱਚ ਵੀ ਜਿਵੇਂ ਹਰਿਆਣਾ ਦੇ ਵਿੱਚ ਮਹਾਂਪੰਚਾਇਤਾਂ ਹੋਈਆਂ ਨੇ, ਵੱਡੇ ਇਕੱਠ ਹੋਏ ਨੇ, ਲੋਕ ਇਕੱਠਾਂ ਦੇ ਵਿੱਚ ਆਏ ਨੇ, ਭਾਵੇਂ ਇਹ ਜਿਹੜਾ ਮਾਹੌਲ ਬਣ ਰਿਹਾ ਹੈ ਲੋਕ ਘਰਾਂ ਤੋਂ ਬਾਹਰ ਆ ਰਹੇ ਨੇ, ਔਰਤਾਂ, ਨੌਜਵਾਨ, ਬੱਚੇ, ਬਜ਼ੁਰਗ ਸਾਰੇ ਲੋਕ ਜਾਤਾਂ ਧਰਮਾਂ ਤੋਂ ਗੋਤਾਂ ਤੋਂ ਉੱਪਰ ਉੱਠ ਕੇ ਇਸ ਗੱਲ ਤੇ ਇਕੱਠੇ ਹੋ ਰਹੇ ਨੇ। ਤਾਂ ਪੰਜਾਬ ਦੇ ਵਿੱਚ ਵੀ ਅੱਜ ਵੱਡੀ ਪੱਧਰ ਤੇ ਇਕੱਠ ਹੋਇਆ ਹੈ ਜਿਹਦੇ ਵਿੱਚ ਸੰਯੁਕਤ ਮੋਰਚਾ ਗਿਆ ਹੈ, ਆਪਣੇ ਪ੍ਰਧਾਨ ਜੀ ਜਗਿੰਦਰ ਸਿੰਘ ਅਗਰਾਹਾਂ ਜੀ ਵੀ ਸਵੇਰ ਦੇ ਗਏ ਹੋਏ ਹੈ, ਆਪਾਂ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਹੈ, ਵੱਡਾ ਇਕੱਠ ਹੋਇਆ ਉੱਥੇ ਪੰਜਾਬ ਦੇ ਵਿੱਚ ਵੀ, ਦਿੱਲੀ ਤੋਂ ਆਗੂ ਗਏ ਨੇ, ਅਗਰਾਹਾਂ ਜੀ ਨੇ ਵੀ ਭਾਸ਼ਣ ਦਿੱਤਾ ਤੇ ਹੋਰ ਆਗੂਆਂ ਨੇ ਵੀ ਭਾਸ਼ਣ ਦਿੱਤਾ ਹੈਗਾ। ਕੱਲ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਫੈਸਲਾ ਲਏ ਗਏ ਹੈ, ਇਹ ਜਿਹੜਾ ਫੈਸਲਾ ਲਏ ਗਏ ਹੈ ਕਿ ਇਸ ਰਸ ਨੂੰ ਹੋਰ ਪਤਲਾ ਕਰਨ ਦੇ ਲਈ, ਹੋਰ ਰਸ ਨੂੰ ਜਿਹੜਾ ਤਕੜਾਈ ਤੇ ਹੋਰ
ਕੀਤਾ ਹੋਇਆ ਹਰਿਆਣੇ ਨੇ ਬੰਦ ਕਰਤਾ ਤੇ 12 ਤਰੀਕ ਤੋਂ ਕੱਲ ਤੋਂ ਰਾਜਸਥਾਨ ਦੇ ਵਿੱਚ ਵੀ ਉਹ ਟੋਲ ਪਲਾਜ਼ੇ ਜਿਹੜੇ ਪਰਚੀ ਕੱਟੀ ਜਾਂਦੀ ਹੈ ਉਹ ਬੰਦ ਹੋਣੀ ਹੈ ਉਹਦੇ ਨਾਲ ਜੁੜ ਕੇ ਆਪਾਂ ਦੀ ਸਪੋਰਟ ਕਰਨੀ ਹੈਗੀ ਹੈ ਉਹਦੇ ਵਿੱਚ ਸ਼ਾਮਲ ਹੋਣਾ ਹੈਗਾ ਤੇ ਦੂਸਰਾ ਜਿਹੜਾ ਰੇਲਾਂ ਰੋਕਣ ਦਾ ਅੰਦੋਲਨ ਹੈ 18 ਤਰੀਕ ਨੂੰ ਜਿਹੜਾ ਰੇਲ ਰੋਕੋ ਅੰਦੋਲਨ ਹੈ ਕਿ ਇਹ ਸੰਘਰਸ਼ ਨੂੰ ਹੋਰ ਪਕੜਾਈ ਦੇਣ ਦੇ ਵਾਸਤੇ ਸੈਂਟਰ ਦੀਆਂ ਚੱਲ ਰਹੀਆਂ ਰੇਲਾਂ ਨੂੰ ਰੋਕਣ ਦੇ ਵਾਸਤੇ ਪੂਰੀ ਰਾਮਬੰਦੀ ਕਰਕੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਸਮਝਾ ਕੇ ਪ੍ਰੇਰ ਕੇ ਉਹ ਰੇਲਾਂ ਦਾ ਜਾਮ ਕੀਤਾ ਜਾਵੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਾਮ ਕੀਤੇ ਜਾਣੇ ਨੇ ਰੇਲਾਂ ਰੋਕੀਆਂ ਜਾਣੀਆਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਲੈ ਕੇ ਆਉਂਦਾ ਇਕੱਠੇ ਕਰਨ ਦਾ ਵੱਡੇ ਇਕੱਠ ਕਰਨ ਦਾ ਇਹ ਜਿਹੜੇ ਸੱਦੇ ਹੈ ਉਹ ਆਪਾਂ ਲਾਗੂ ਕਰਨੇ ਹੈ ਤੇ ਇਹਨਾਂ ਨੂੰ ਲਾਗੂ ਕਰਨ ਦੇ ਵਾਸਤੇ ਭਰਾਵੋ ਥੱਲੇ ਜ਼ੋਰ ਲੱਗਣਾ ਹੈਗਾ ਲੋਕਾਂ ਨੂੰ ਇਸ ਵਾਸਤੇ ਲਿਆਉਣ ਵਾਸਤੇ ਜ਼ੋਰ ਲੱਗਣਾ ਹੈਗਾ ਕਿ ਇਹਨਾਂ ਨੂੰ ਦੱਸਣਾ ਪੈਣਾ ਹੈ ਕਿ ਵੱਧ ਤੋਂ ਵੱਧ ਇਹਨਾਂ ਇਕੱਠਾਂ ਦੇ ਵਿੱਚ ਆਓ ਜਿਵੇਂ ਆਪਣੇ ਜਾਮ ਹੋਇਆ ਹੈ ਜਾਮ ਦੇ ਸੱਦੇ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਹੈ ਪੰਜਾਬ ਦੇ ਵਿੱਚ ਵੱਡੇ ਇਕੱਠ ਹੋਏ ਨੇ ਹਰਿਆਣੇ ਦੇ ਵਿੱਚ ਇਕੱਠ ਹੋਏ ਨੇ ਇਸੇ ਤਰ੍ਹਾਂ ਹੋਣ ਜਿਹੜੇ ਇਕੱਠ ਹੈ ਇਹ ਵਧਣੇ ਚਾਹੀਦੇ ਨੇ ਇਹ ਜਿਹੜੇ ਸੱਦੇ ਹੈ ਇਹਨਾਂ ਨੂੰ ਲਾਗੂ ਕਰਨ ਦੇ ਵਾਸਤੇ ਚਾਹੇ ਪੰਜਾਬ ਦੇ ਵਿੱਚ ਆਪਣੀ ਬਕਾਇਦਾ ਉੱਥੇ ਪੰਜਾਬ 'ਚ ਕੰਮ ਕਰਨ ਵਾਸਤੇ ਉਹਨਾਂ ਸੱਦਿਆਂ ਨੂੰ ਲਾਗੂ ਕਰਨ ਵਾਸਤੇ ਉੱਥੇ ਪੰਜਾਬ 'ਚ ਰਹਿ ਰਹੇ ਆਗੂ ਕਮੇਟੀ ਬਣਾ ਕੇ ਉੱਥੇ ਕਿਵੇਂ ਤਿਆਰੀ ਕਰਨੀ ਹੈ ਕਿਵੇਂ ਉਹਦੇ ਵਿੱਚ ਇਕੱਠ ਕਰਨਾ ਹੈ ਕਿਵੇਂ ਉਹਨਾਂ ਇਕੱਠਾਂ ਦੇ ਵਿੱਚ ਲੋਕਾਂ ਨੂੰ ਸ਼ਾਮਲ ਕਰਨਾ ਹੈ ਬਕਾਇਦਾ ਉੱਥੇ ਕੰਮ ਚੱਲਦਾ ਹੈ ਕਮੇਟੀ ਬਣੀ ਹੋਈ ਹੈ ਆਗੂਆਂ ਨੇ ਡਿਊਟੀਆਂ ਸੰਭਾਲੀਆਂ ਹੋਈਆਂ ਨੇ ਤੇ ਇੱਕ ਕੰਮ ਇੱਥੇ ਸਾਡੇ ਆਗੂ ਸੂਬੇ ਦੇ ਜ਼ਿਲ੍ਹਿਆਂ ਦੇ ਬਲਾਕਾਂ ਦੇ ਉਹ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਦੂਸਰਾ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਇਸ ਕਰਕੇ ਭੈਣੋ ਤੇ ਭਰਾਵੋ ਜਿਹੜੀ ਹੁਣ ਆ ਜਾਗਰਤੀ ਚੇਤਨਾ ਸਮਝ ਦਾ ਪੱਧਰ ਵੱਡਾ ਹੋ ਰਿਹਾ ਹੈ ਲੋਕ ਸੁਣ ਰਹੇ ਨੇ ਤੇ ਆਪਾਂ ਲੋਕਾਂ ਨੂੰ ਸੁਣਾ ਰਹੇ ਹੈ ਇੱਕ ਪਾਸੇ ਹਾਕਮ ਆਪਦਾ ਪੂਰਾ ਜ਼ੋਰ ਲਾ ਰਹੇ ਨੇ ਇਸ ਗੱਲ ਤੋਂ ਪਿੱਛੇ ਨਹੀਂ ਹਟ ਰਹੇ ਉਹ ਕਹਿੰਦੇ ਨੇ ਕਿ ਕਾਨੂੰਨ ਬਹੁਤ ਵਧੀਆ ਹੈ ਤੇ ਦੂਸਰੇ ਪਾਸੇ ਇਸ ਲੁੱਟ ਦੇ ਖਿਲਾਫ ਇਸ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ ਚਾਹੇ ਉਹ ਫਰਕਾ ਮਾਰਦੇ ਨੇ ਕਹਿੰਦੇ ਨੇ ਪਰ ਸਰਕਾਰ ਪੂਰੀ ਤਰ੍ਹਾਂ ਫਸੀ ਹੋਈ ਹੈ ਤੁਹਾਡੇ ਇਸ ਅੰਦੋਲਨ ਦੇ ਤੁਹਾਡੇ ਇਸ ਇਕੱਠ ਦੇ ਤੁਹਾਡੇ ਇਸ ਸੰਘਰਸ਼ ਦੇ ਸਦਕਾ ਜਿਹੜੀ ਕਿ ਉਹਦੇ ਤੇ ਪੂਰਾ ਸਵਾਲ ਹੈਗਾ ਦਬਾਅ ਦੇ ਵਿੱਚ ਹੈ ਬੀਜੇਪੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਇੱਕ ਇੰਚ ਪਿੱਛੇ ਨਹੀਂ ਹਟਦੇ ਭਰਾਵੋ ਤੁਸੀਂ ਕਿੱਥੋਂ ਤੱਕ ਲਿਆਂਦਾ ਇਸ ਕਰਕੇ ਇਹ ਲੜਾਈ ਲੰਮੀ ਹੈ ਇਹ ਲੜਾਈ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਉੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਬਰਾਬਰਤਾ ਦੇ ਸਮਾਜ ਸਿਰਜਣ ਦੀ ਚੰਗੇ ਸਮਾਜ ਦੀ ਸਿਰਜਣ ਦੀ ਇੱਥੇ ਔਰਤਾਂ ਦਾ ਸਨਮਾਨ ਹੋਵੇ ਸਤਿਕਾਰ ਹੋਵੇ ਔਰਤਾਂ ਨੂੰ ਬਰਾਬਰਤਾ ਮਿਲੇ ਔਰਤਾਂ ਤੇ ਅਤਿਆਚਾਰ ਨਾ ਹੋਣ ਉਹਦੀ ਬਰਾਬਰ ਦੀ ਜ਼ਿੰਦਗੀ ਜਾਣ ਨੌਜਵਾਨਾਂ ਦੇ ਰੁਜ਼ਗਾਰ ਦਾ ਮਾਮਲਾ ਹੈ ਮਜ਼ਦੂਰਾਂ ਦੀ ਚੰਗੀ ਜ਼ਿੰਦਗੀ ਦਾ ਮਾਮਲਾ ਹੈਗਾ ਲੜਾਈਆਂ ਵੱਡੀਆਂ ਨੇ ਪਰ ਇੱਕ ਪਿਆ ਇੱਕ ਲੁੱਟ ਦੇ ਸਾਮਰਾਜੀ ਲੁੱਟ ਦੇ ਖਿਲਾਫ ਜਿਹੜੇ ਸਾਮਰਾਜੀ ਸਾਡੇ ਮੁਲਕ ਨੂੰ ਲੁੱਟਣ ਆ ਰਹੇ ਹੈ ਜਿਹੜੇ ਮੂਹਰੇ ਬੀਜੇਪੀ ਮੋਦੀ ਹਕੂਮਤ ਸਾਰਾ ਮੁਲਕ ਵੇਚ ਰਹੀ ਹੈ ਇੱਥੋਂ ਦੇ ਜਿਹੜੇ ਧਨ ਦੌਲਤ ਹੈ ਖਜ਼ਾਨੇ ਹੈ ਉਹ ਉਹਨਾਂ ਨੂੰ ਦੇ ਰਹੀ ਹੈਗੀ ਹੈ ਉਸ ਦੇ ਖਿਲਾਫ ਲੜਾਈ ਹੈ ਉਹ
ਮਾਤਾ ਸਨਮਾਨ ਦੀ ਲੜਾਈ ਹੈ ਇਹ ਵੱਡੀ ਲੜਾਈ ਹੈ ਜਿਵੇਂ ਇਸ ਲੜਾਈ ਦੇ ਵਿੱਚ ਤੁਸੀਂ ਸਾਰੇ